ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਫਰੈਂਡਸ ਆਪਾਂ ਦੇਖੋ ਤੁਹਾਨੂੰ ਆਪਣੀ ਰੂਟੀਨ ਦਿਖਾਵਾਂਗੇ। ਦੇਖੋ ਜਿਹੜੇ ਕਰੋਨਾ ਵਾਇਰਸ ਚੱਲ ਰਿਹਾ ਉਹਦੇ ਕਰਕੇ ਜਿਹੜੀ ਆਪਣੀ ਜ਼ਿੰਦਗੀ ਉਹ ਜ਼ਿੰਦਗੀ ਦੌੜ ਭੱਜ ਰੁਕ ਗਈ ਬਿਲਕੁਲ। ਆਪਾਂ ਨੂੰ ਸ਼ਹਿਰਾਂ ਵਿੱਚ ਜਾਣਾ ਬੰਦ ਹੋ ਗਿਆ ਅਤੇ ਆਪਾਂ ਘਰ ਬੈਠੇ ਹਾਂ। ਆਪਾਂ ਨੂੰ ਬਿਲਕੁਲ ਬੱਚੇ ਵੀ ਬਾਹਰ ਨਿਕਲਣੇ ਬੰਦ ਹੋ ਗਏ। ਸੋ ਫਰੈਂਡਸ ਮੈਂ ਤੁਹਾਨੂੰ ਵੀ ਰਿਕੁਐਸਟ ਕਰਦੀ ਹਾਂ ਵੀ ਤੁਸੀਂ ਵੀ ਕਰੋਨਾ ਵਾਇਰਸ ਕਰਕੇ ਸ਼ਹਿਰਾਂ 'ਚ ਨਾ ਜਾਇਓ, ਆਪਣੇ ਘਰ ਹੀ ਬੈਠੇ ਰਹੋ ਆਪਣੇ ਬੱਚਿਆਂ ਦੀ ਸੇਫਟੀ ਲਈ ਅਤੇ ਆਪਣੀ ਵੀ ਸੇਫਟੀ ਤੁਸੀਂ ਵਰਤੋ। ਕਰੋਨਾ ਵਾਇਰਸ ਜਿਹੜੇ ਫਰੈਂਡਸ ਉਹ ਬਾਹਰ ਜਾਣ ਕਰਕੇ ਹੁੰਦਾ ਹੈ। ਆਪਾਂ ਨੂੰ ਵਾਰ ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹੈ। ਕੋਈ ਵੀ ਚੀਜ਼ ਜਿਹੜੀ ਆਪਾਂ ਲਿਆਉਣੀ ਹੈ ਉਹਨੂੰ ਆਪਣਾ ਧੁੱਪ ਵਿੱਚ ਘੱਟੋ ਘੱਟ 8-9 ਘੰਟੇ ਰੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਜਿਹੜਾ ਉਹ ਵਾਇਰਸ ਉਹ ਮਰ ਜਾਂਦਾ ਹੈ ਇਸ ਕਰਕੇ। ਸੋ ਫਰੈਂਡਸ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰਾਂ ਵਿੱਚ ਸੇਫ ਹੋਵੋਗੇ, ਸੇਫਟੀ ਵਰਤਿਓ ਤੁਸੀਂ ਵੀ ਅਤੇ ਅਸੀਂ ਵੀ ਘਰ ਹੀ ਬੈਠੇ ਹਾਂ। ਇਸ ਕਰਕੇ ਆਪਾਂ ਬਾਹਰ ਦੀ ਵੀਡੀਓ ਕੋਈ ਵੀ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ, ਆਪਾਂ ਘਰ ਦੀ ਵੀਡੀਓ ਸ਼ੇਅਰ ਕਰਾਂਗੇ। ਸੋ ਫਰੈਂਡਸ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਆਪਾਂ ਆਪਣੇ ਘਰ ਹੀ ਬੱਚਿਆਂ ਨਾਲ ਹੱਸ ਖੇਲ ਕੇ ਆਪਣੇ ਜਿਹੜੇ ਇਹ ਮੁਸੀਬਤ ਦੇ ਦਿਨ ਪਏ ਨੇ ਆਪਾਂ ਇਹਨਾਂ ਨੂੰ ਕੱਟਣਾ ਹੈ ਕਿਉਂਕਿ ਜਿਹੜੇ ਇਹ ਸਰਕਾਰ ਨੇ ਆਪਣਾ ਇਹ ਲੋਕਡਾਊਨ ਕਰਿਆ ਹੈ ਆਪਾਂ ਨੂੰ ਆਪਣੇ ਘਰ ਰਹਿਣਾ ਚਾਹੀਦਾ ਹੈ। ਆਪਾਂ ਨੂੰ ਬਾਹਰ ਦਾ ਬਿਲਕੁਲ ਨਹੀਂ ਖਾਣਾ ਚਾਹੀਦਾ, ਆਪਣੇ ਘਰ ਦੇ ਸਾਫ਼ ਸੁਥਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਦੇਖੋ ਉਦਮ ਵੀ ਘਰੇ ਬੱਚਿਆਂ ਦੀਆਂ ਜਿਹੜੀਆਂ ਛੁੱਟੀਆਂ ਪੈ ਗਈਆਂ ਨੇ, ਬੱਚਿਆਂ ਦੀ ਪੜ੍ਹਾਈ ਵੀ ਵੈਸੇ ਖਰਾਬ ਹੋ ਰਹੀ ਹੈ। ਚਲੋ ਕੋਈ ਨਹੀਂ, ਜੇ ਜ਼ਿੰਦਗੀ ਹੈ ਤਾਂ ਜਹਾਨ ਹੈ, ਜੇ ਜ਼ਿੰਦਗੀ ਨਹੀਂ ਰਹੂਗੀ ਤਾਂ ਜਹਾਨ ਕਿਵੇਂ ਰਹੂਗਾ। ਆਪਾਂ ਨੂੰ ਆਪਣੀ ਸੇਫਟੀ ਵਰਤਣੀ ਚਾਹੀਦੀ ਹੈ, ਆਪਾਂ ਨੂੰ ਆਪਣੇ ਘਰ ਵਿੱਚ ਫਨੈਨ ਦਾ ਪੋਚਾ ਲਗਾਉਣਾ ਚਾਹੀਦਾ ਹੈ ਅਤੇ ਆਪਣਾ ਡਿਟੋਲ ਪਾ ਕੇ ਨਹਾਉਣਾ ਚਾਹੀਦਾ ਹੈ। ਡਿਟੋਲ ਨਾਲ ਆਪਾਂ ਨੂੰ ਸਪਰੇਅ ਵੀ ਕਰਨੀ ਚਾਹੀਦੀ ਹੈ। ਜੇ ਜਹਾਨ ਹੈ ਤਾਂ ਜ਼ਿੰਦਗੀ ਹੈ, ਨਹੀਂ ਤਾਂ ਫਿਰ ਇਸ ਤੋਂ ਉੱਪਰ ਕੁਛ ਵੀ ਨਹੀਂ ਹੈਗਾ। ਚਲੋ ਜੀ ਆਪਾਂ ਅੱਜ ਤੁਹਾਨੂੰ ਆਪਣੀ ਰੂਟੀਨ ਦਿਖਾਉਂਦੇ ਹਾਂ। ਆਪਾਂ ਹੁਣ ਕੱਪੜੇ ਵਗੈਰਾ ਧੋ ਲਾਂਗੇ, ਬਾਕੀ ਜਿਹੜੇ ਕੱਪੜੇ ਧੋਏ ਹੋਏ ਨੇ ਉਹਨਾਂ ਨੂੰ ਆਪਾਂ ਸੁੱਕਣੇ ਉਹਨਾਂ ਨੂੰ ਆਪਾਂ ਜਿਹੜੇ ਸੁੱਕਣੇ ਪਾਏ ਹੋਏ ਨੇ ਉਹਨਾਂ ਨੂੰ ਵੀ ਆਪਣੇ ਤੈਂਹ ਵਗੈਰਾ ਲਗਾ ਲਾਂਗੇ। ਆਪਾਂ ਇੱਦਾਂ ਹੀ ਘਰ ਦੇ ਛੋਟੇ ਮੋਟੇ ਕੰਮ ਜਿਹੜੇ ਉਹ ਕਰਾਂਗੇ, ਆਪਣੇ ਘਰ ਤੋਂ ਬਾਹਰ ਜਿਹੜਾ ਬਿਲਕੁਲ ਨਹੀਂ ਨਿਕਲਣਾ, ਆਪਣੇ ਘਰ ਜੋ ਜੋ ਕੰਮ ਨੇ ਉਹ ਕਰਨੇ ਨੇ। ਚਲੋ ਜੀ ਹੁਣ ਆਪਾਂ ਕੰਮ ਕਰਦੇ, ਤੁਸੀਂ ਕਰੋ ਵੀਡੀਓ ਨੂੰ ਇੰਜੋਏ ਅਤੇ ਨਾਲੇ ਆਪਣੀ ਸੇਫਟੀ ਵਰਤਿਓ। ਹੈਲੋ
ਅਸੀਂ ਕੰਮ ਨੂੰ ਫਰੈਂਡਸ ਲੇਟ ਹੋ ਗਏ ਕਿਉਂਕਿ ਲੇਟ ਉੱਠੇ ਸੀਗੇ ਕਿਉਂਕਿ ਹੁਣ ਬਾਹਰ ਵੀ ਨਹੀਂ ਜਾਣਾ ਹੁੰਦਾ ਹੈਗਾ ਆਪਾਂ ਨੇ ਘਰ ਬੈਠਣਾ ਹੁੰਦਾ ਹੈ ਉਦਮ ਨੇ ਵੀ ਨਹੀਂ ਸਕੂਲ ਜਾਣਾ ਹੁੰਦਾ ਛੁੱਟੀਆਂ ਹੋਈਆਂ ਹੋਈਆਂ ਨੇ ਇਸ ਕਰਕੇ ਕਿੰਨਾ ਔਖਾ ਹੋਇਆ ਪਿਆ ਹੈ ਨਾ ਘਰ ਬੈਠਣਾ ਵਾਹਿਗੁਰੂ ਵਾਹਿਗੁਰੂ ਬਚਾ ਦੇ ਬੜੀ ਰਾਮਦਾਰੀ ਹੈ ਕਿਸੇ ਗੱਲ ਦੀ ਰਾਮਦਾਰੀ ਹੈ ਘਰ ਬੈਠਣੇ ਕੀ ਭੁੱਖ ਹੀ ਲੱਗਦੀ ਹੈ ਰੋਟੀ ਖਾ ਲਓ ਕਿਆ ਬਣਾਇਆ ਕੱਲ੍ਹ ਚ ਹੁਣ ਤਾਂ ਦਾਲਾਂ ਹੀ ਮਿਲਣੀਆਂ ਹੁਣ ਤਾਂ ਸਬਜ਼ੀਆਂ ਵੀ ਨਹੀਂ ਮਿਲਣੀਆਂ ਇੰਨੇ ਕੱਪੜੇ ਧੋ ਹੁੰਦੇ ਨੇ ਆਪਾਂ ਕੱਪੜੇ ਤਹਿ ਲਾ ਲੈਂਦੇ ਕਿਉਂਕਿ ਜਿਹੜੇ ਇਹ ਕੱਪੜੇ ਨੇ ਇਹ ਕੱਲ੍ਹ ਦੇ ਧੋਏ ਪਏ ਨੇ ਫਿਰ ਮੈਂ ਕਿਹਾ ਚੱਲ ਇੱਕ ਵਾਰੀ ਫਿਰ ਧੁੱਪ ਜਿਹੀ ਆਪਾਂ ਲਗਾ ਲਈਏ ਤਹਿ ਲਗਵਾਉਣੀ ਆ ਨੀਂਦ ਚੜੀ ਜਾ ਰਹੀ ਹੈ ਉਦਮ ਕਿਤੇ ਉਦਮ ਅੰਦਰ ਬੈਠੇ ਟੀਵੀ ਦੇਖ ਰਿਹਾ ਉਦਮ ਦਾ ਟਾਈਮ ਪਾਸ ਵੀ ਨਹੀਂ ਹੁੰਦਾ ਵਿਚਾਰੇ ਦਾ ਘਰੇ ਰਹਿ ਕੇ ਜਿਹੜਾ ਟਾਈਮ ਪਾਸ ਹੁੰਦਾ ਹੈ ਲਓ ਜੀ ਫਰੈਂਡਸ ਆਪਣੇ ਕੱਪੜੇ ਵੀ ਧੋ ਲਏ ਅਤੇ ਆਪਣੇ ਕੱਪੜੇ ਸੁੱਕਣੇ ਵੀ ਪਾ ਲਏ ਅਤੇ ਜਿਹੜੇ ਕੱਪੜੇ ਆਪਣੇ ਧੋਏ ਹੋਏ ਸੀਗੇ ਉਹਨਾਂ 'ਤੇ ਤੈਹ ਵਗੈਰਾ ਵੀ ਲਗਾ ਲਈਆਂ ਅਤੇ ਹੁਣ ਮੈਂ ਬਾਹਰ ਲੱਗਿਆ ਉਦਮ ਦਾ ਸੀ ਉਦਮ ਨਹਾ ਲਿਆ ਸੀਗਾ ਆਪਣੀ ਦਾਦੀ ਮੰਮਾ ਤੋਂ ਸੋ ਫਰੈਂਡਸ ਤੁਸੀਂ ਵੀ ਜਿਹੜੀ ਕਰੋਨਾ ਦੀ ਬਿਮਾਰੀ ਚੱਲੀ ਹੋਈ ਹੈ ਤੋਂ ਬਚ ਕੇ ਰਹੋ ਆਪਣੇ ਘਰ ਹੀ ਰਹੋ ਬਾਹਰ ਨਿਕਲਣ ਦੀ ਲੋੜ ਨਹੀਂ ਹੈਗੀ ਜਿੰਨਾ ਹੋ ਸਕੇ ਤੁਸੀਂ ਆਪਣੇ ਘਰ ਹੀ ਰਹਿਣਾ ਹੈ ਬਾਹਰ ਨਹੀਂ ਨਿਕਲਣਾ ਹੈਗਾ ਉਦੋਂ ਵੀ ਬੋਰ ਹੋ ਗਿਆ ਹੈ ਨਾ ਉਦਮ ਘਰਾਂ ਬੈਠ ਬੈਠ ਕੇ ਹੈ ਨਾ ਜੀ ਨਹੀਂ ਲੱਗਦਾ ਹੁਣ ਘਰਾਂ ਹੈ ਉਦਮ ਮੇਰੇ ਤਾਂ ਬਿਲਕੁਲ ਜੀ ਨਹੀਂ ਲੱਗਦਾ ਹੈਗਾ ਘਰ ਬੈਠ ਕੇ ਕਿਉਂਕਿ ਉਦਮ ਨੇ ਪੜ੍ਹਨ ਜਾਣਾ ਹੁੰਦਾ ਸੀਗਾ ਫਿਰ ਉਦਮ ਨੂੰ ਟਿਊਸ਼ਨ ਲਵਾਉਣੀ
ਕਦੇ ਉਦਮ ਦੇ ਕੱਪੜੇ ਧੋ, ਕਦੇ ਉਦਮ ਨੂੰ ਤਿਆਰ ਕਰਕੇ ਭੇਜੋ ਸਕੂਲ ਨੂੰ। ਹੁਣ ਤਾਂ ਬਿਲਕੁਲ ਦਿਲ ਨਹੀਂ ਲੱਗਦਾ ਹੈਗਾ, ਜਿਵੇਂ ਦਿਨ ਵੀ ਬਹੁਤ ਵੱਡੇ ਵੱਡੇ ਹੋ ਗਏ। ਬੜੇ ਬੜੇ ਘੁੰਮੇ ਪੁੱਤ ਉੱਪਰ ਨੂੰ ਸੇ ਚੱਕੇ, ਮੇਰੇ ਸਿਰ ਮੈਂ ਤੇਲ ਲੱਗ ਗਈ ਤੇ ਬਾ। ਠੀਕ ਹੈ ਲਾ ਦੋ, ਆ ਡੱਬੀ ਖੋਲ ਕੇ ਦਿਓ। ਲੈ ਫੜਾ ਰਬੜਾ ਰਬੜਾ ਕੋਲ ਦੇ ਵਿੱਚ, ਪਹਿਲਾਂ ਪਿਛਲੀ ਜੁੜੀ ਕਰਤਾ ਮੈਂ। ਉਦਮ ਸਿੰਘ ਉਦਮ ਕੀ ਨਵੀਂ ਵਾਟਰ ਬੋਟਲ ਲਿਆਉਣੀ ਸੀ, ਦੇਖਾਂ ਪਾਣੀ ਪੀ ਗਿਆ। ਨਵੀਂ ਵਾਟਰ ਬੋਟਲ ਲਿਆਉਣੀ ਸੀ ਵਿਚਾਰੇ ਦੀ, ਕਿੱਥੇ ਸਕੂਲ ਲੱਗ ਰਹੇ ਹੈਗੇ ਹੁਣ, ਦੱਸ ਇਹ ਨਵੀਂ ਹੈ ਨਵੀਂ ਹੈ। ਚੱਲ ਹੁਣ ਘਰਾਂ ਭਰ ਭਰ ਪੀ ਜਾ ਪਾਣੀ ਹੈ ਨਾ, ਥੋੜ੍ਹਾ ਮੈਨੂੰ ਪਿਲਾ ਦੇ ਕਰ, ਟੇਸਟੀ ਹੁੰਦਾ ਹੈ ਨਾ ਪਾਣੀ ਹੈ ਨਾ, ਟੇਸਟੀ ਹੋਵਾ। ਗੋਡ ਅੱਗੇ ਪ੍ਰਾਰਥਨਾ ਕਰੋ ਵੀ ਜਿਹੜੀ ਬਿਮਾਰੀ ਹੈ ਇਹ ਜਲਦ ਤੋਂ ਜਲਦ ਠੀਕ ਹੋ ਜਾਵੇ ਅਤੇ ਸਭ ਠੀਕ ਰਹਿਣ। ਇੱਧਰ ਸਿਰ ਬੰਦੇ ਬੰਦੇ ਪਾਣੀ ਪੀ ਕਰੋ, ਨਿੱਚੇ ਸਿਰ ਕਰ ਲਓ, ਨਿੱਚੇ ਨਿੱਚੇ ਨਿੱਚੇ। ਸਿੱਧਾ ਐਸੇ ਫਰੈਂਡਸ, ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ, ਨਾਲੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਜਿਹੜੀ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ ਹੋਈ ਹੈ ਇਹ ਤੋਂ ਬਚ ਕੇ ਰਹੋ ਜੀ ਸਾਰੇ ਜਣੇ, ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਜਿਹੜੀ ਇਹ ਬਿਮਾਰੀ ਜਲਦ ਤੋਂ ਜਲਦ ਠੀਕ ਹੋ ਜਾਵੇ ਅਤੇ ਜਲਦ ਤੋਂ ਜਲਦ ਇਹ ਬਿਮਾਰੀ ਤੋਂ ਆਪਾਂ ਨੂੰ ਸਭ ਨੂੰ ਛੁਟਕਾਰਾ ਮਿਲ ਜਾਵੇ। ਚਲੋ ਜੀ ਫਿਰ ਆਪਾਂ ਕੋਈ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ, ਤਦ ਤੱਕ ਲਈ ਬਾਏ ਬਾਏ।